ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 6ਵੀਂ ਕਲਾਸ ਦੀ ਗਣਿਤ ਮੈਥਸ ਦੀ ਕਿਤਾਬ ਅਤੇ ਉਹਦਾ 5ਵਾਂ ਚੈਪਟਰ ਫਰੈਕਸ਼ਨਸ। ਜਿਵੇਂ ਆਪਾਂ ਕਹਿੰਦੇ ਹਾਂ ਨਾ, ਮੰਮੀ ਨੂੰ ਮੈਨੂੰ ਅੱਧੀ ਰੋਟੀ ਦੇ ਦਿਓ, 3/4 ਹਿੱਸਾ ਦੇ ਦਿਓ ਮੈਨੂੰ, ਉਹ ਆਪਾਂ ਅੱਜ ਮੈਥਸ ਦੇ ਵਿੱਚ ਪੜ੍ਹਾਂਗੇ। ਫਰੈਕਸ਼ਨ ਕੀ ਹੁੰਦਾ ਹੈ? ਇੱਕ ਹਿੱਸਾ ਕਿਸੇ ਪਾਰਟ ਜਾਂ ਕਿਸੇ ਕਿਸੇ ਚੀਜ਼ ਦਾ ਕੋਈ ਹਿੱਸਾ ਡਿਵਾਈਡਡ ਬਾਈ ਟੋਟਲ ਉਹਦੇ ਵਿੱਚ ਕਿੰਨੇ ਹਿੱਸੇ ਹੋ ਸਕਦੇ। ਜਿਹੜਾ ਉੱਤੇ ਵਾਲਾ ਹੁੰਦਾ ਉਹਨੂੰ ਆਪਾਂ ਨਿਊਮੀਨੇਟਰ ਕਹਿੰਦੇ ਹਾਂ। ਡੀ ਤੋਂ ਡਾਊਨ, ਡੀ ਤੋਂ ਡਿਨੋਮੀਨੇਟਰ ਯਾਦ ਰੱਖਿਓ, ਠੀਕ ਹੈ? ਫਰੈਕਸ਼ਨ ਦੇ ਵਿੱਚ ਦੋ ਹਿੱਸੇ ਹੁੰਦੇ ਨੇ, ਉੱਤੇ ਵਾਲਾ ਨਿਊਮੀਨੇਟਰ, ਡੀ ਤੋਂ ਡਿਨੋਮੀਨੇਟਰ ਥੱਲੇ ਵਾਲਾ। ਹੁਣ ਜਿਵੇਂ ਮੈਂ ਐਗਜ਼ਾਮਪਲ ਦਵਾਂ, ਇਹ ਸਕੁਐਰ ਹੈਗਾ, ਇਹਦੇ ਵਿੱਚ ਟੋਟਲ ਕਿੰਨੇ, 1, 2, 3, 4 ਹਿੱਸੇ, ਟੋਟਲ ਪਾਰਟਸ 4 ਨੇ। ਸ਼ੇਡਿਡ ਕਿੰਨੇ ਨੇ, 1, 2, 3, ਇਹ ਆ ਗਿਆ 3/4। 3 ਕੀ ਆ ਗਏ, ਜੋ ਸ਼ੇਡਿਡ ਪਾਰਟਸ ਨੇ, 4 ਕੀ ਆ ਗਏ, ਟੋਟਲ ਪਾਰਟਸ, ਤੇ 3 ਨਿਊਮੀਨੇਟਰ ਹੋ ਗਿਆ, 4 ਕੀ ਹੋ ਗਿਆ, ਡਿਨੋਮੀਨੇਟਰ। ਅਗਲੇ ਵਾਲੇ ਵਿੱਚ ਦੇਖਦੇ ਆ ਟੋਟਲ ਪਾਰਟਸ ਕਿੰਨੇ ਨੇ, 1, 2, 3, 4, 5, 6, 7, 8 ਟੋਟਲ ਪਾਰਟਸ ਨੇ। ਸ਼ੇਡਿਡ ਕਿੰਨੇ ਨੇ, 1, 2, 3, 4, 5 ਸ਼ੇਡਿਡ ਨੇ। ਅਗਲਾ ਇਹਦੇ ਵਿੱਚ ਚੈੱਕ ਕਰਦੇ ਹਾਂ, ਟੋਟਲ 1, 2, 3 ਹਿੱਸੇ ਨੇ, ਤੇ ਇਹਦੇ ਵਿੱਚੋਂ ਸ਼ੇਡਿਡ ਕਿੰਨਾ ਹਿੱਸਾ ਹੈ, 1 ਹਿੱਸਾ ਸ਼ੇਡਿਡ, ਤੇ ਥੱਲੇ ਵਾਲਾ ਕੀ ਹੋ ਗਿਆ, ਟੋਟਲ ਪਾਰਟ, ਉੱਤੇ ਵਾਲਾ ਜਿੰਨੇ ਸ਼ੇਡਿਡ ਹਿੱਸੇ ਨੇ। ਜਦ ਆਪਾਂ ਇਹ ਫਰੈਕਸ਼ਨ ਲਿਖਦੇ ਹਾਂ ਤਾਂ ਫਰੈਕਸ਼ਨ ਤਾਂ ਹੀ ਵੈਲਿਡ ਹੁੰਦੀ ਹੈ ਜੇ ਡਿਨੋਮੀਨੇਟਰ 0 ਦੇ ਬਰਾਬਰ ਨਾ ਹੋਏ। ਇਹ ਗੱਲ ਯਾਦ ਰੱਖਿਓ, ਥੱਲੇ ਵਾਲਾ ਕਦੇ ਵੀ 0 ਦੇ ਬਰਾਬਰ ਨਹੀਂ ਹੋਣਾ ਚਾਹੀਦਾ। ਜੇ ਮੈਂ ਲਿਖਿਆ 3/5, ਇਹਨੂੰ ਆਪਾਂ ਫਰੈਕਸ਼ਨ ਨੂੰ ਕਹਿ ਸਕਦੇ ਹਾਂ 3/5। ਤੀਜਾ ਹਿੱਸਾ ਕਿਹਦੇ ਵਿੱਚੋਂ, 5 ਹਿੱਸਿਆਂ ਵਿੱਚੋਂ। ਜੇ ਮੈਂ ਲਿਖ ਰਹੀ ਹਾਂ 2/5, ਉਹ ਹੋ ਗਿਆ 2/5। 1/5, 1/5। ਹੁਣ ਇੱਥੇ ਜਿਵੇਂ ਮਤਲਬ ਦੱਸਿਆ, ਫਰੈਕਸ਼ਨ ਹੈਗੀ ਹੈ 2/7, ਇਹ ਕੀ ਹੋ ਗਿਆ, 2/7, ਪਿੱਛੇ TH ਲੱਗ ਗਿਆ, ਯਾਨੀ 2 ਇਕੁਅਲ ਪਾਰਟਸ ਹੈਗੇ। ਕਿੰਨੇ ਪਾਰਟਸ ਵਿੱਚੋਂ, 7 ਵਿੱਚੋਂ, ਦੋ ਹਿੱਸਿਆਂ ਦੀ ਗੱਲ ਕੀਤੀ ਗਈ ਹੈ। ਨਿਊਮੀਨੇਟਰ 2 ਹੈਗਾ, ਡਿਨੋਮੀਨੇਟਰ ਕੀ ਹੈਗਾ ਇਹਦੇ ਵਿੱਚ, 7। 3/4, ਇਹਨੂੰ ਆਪਾਂ ਕੀ ਲਿਖ ਸਕਦੇ ਹਾਂ, 3/4 ਬੋਲ ਸਕਦੇ ਹਾਂ। 3 ਹਿੱਸੇ ਕਿੰਨੇ ਵਿੱਚੋਂ, 4 ਵਿੱਚੋਂ, ਨਿਊਮੀਨੇਟਰ 3 ਹੈ, ਡਿਨੋਮੀਨੇਟਰ ਕੀ ਹੈ, 4। 5/11, ਜਿਹਦੇ ਵਿੱਚ 5 ਹਿੱਸਿਆਂ ਦੀ ਗੱਲ ਕੀਤੀ ਗਈ ਹੈ, ਟੋਟਲ ਕਿੰਨੇ ਹਿੱਸੇ ਨੇ, 11, ਨਿਊਮੀਨੇਟਰ 5 ਹੈਗਾ, ਡਿਨੋਮੀਨੇਟਰ ਕੀ ਹੈਗਾ, 11। ਇਹਦੇ ਵਿੱਚ ਕਿਹਾ ਰਾਈਟ ਦਾ ਫਰੈਕਸ਼ਨ ਫੋਰ ਈਚ ਆਫ ਦਾ ਫੋਲੋਇੰਗ, ਇਹਨੂੰ ਫਰੈਕਸ਼ਨ ਦੇ ਵਿੱਚ ਲਿਖਣਾ। ਹਾਫ ਕਿਵੇਂ ਲਿਖਦੇ ਹਾਂ, 1/2, ਇਹਨੂੰ ਆਪਾਂ ਕਹਿ ਸਕਦੇ ਹਾਂ 1/2, 1/2 ਨਹੀਂ ਕਹਿਣਾ ਇਹਨੂੰ, 1/2। 2/5 ਨੂੰ 2/5, ਦੋ ਕਿੰਨਿਆਂ ਵਿੱਚੋਂ, 5 ਵਿੱਚੋਂ। 5/7, 5/7, 5/7, ਇਹ ਫਰੈਕਸ਼ਨ ਦਿੱਤੀ ਹੋਈ ਹੈ। ਇਹਨੇ ਵਿੱਚ ਨਿਊਮੀਨੇਟਰ ਤੇ ਡਿਨੋਮੀਨੇਟਰ ਦੱਸਣੇ ਨੇ, ਨਿਊਮੀਨੇਟਰ ਉੱਤੇ ਵਾਲਾ, ਡਿਨੋਮੀਨੇਟਰ ਡੀ ਤੋਂ ਡਾਊਨ, ਡੀ ਤੋਂ ਡਿਨੋਮੀਨੇਟਰ। ਉਵੇਂ ਹੀ ਇਹਦੇ ਵਿੱਚ ਨਿਊਮੀਨੇਟਰ ਉੱਤੇ ਵਾਲਾ, ਡਿਨੋਮੀਨੇਟਰ ਥੱਲੇ ਵਾਲਾ ਹੁੰਦਾ ਹੈ। ਨਿਊਮੀਨੇਟਰ ਇਹ, ਡਿਨੋਮੀਨੇਟਰ 13। ਹੁਣ ਇੱਥੇ ਕਿਹਾ ਵਾਟ ਫਰੈਕਸ਼ਨ ਆਫ ਅ ਈਅਰ, ਇੱਕ ਸਾਲ ਦੇ ਵਿੱਚ ਕਿੰਨੀ ਫਰੈਕਸ਼ਨ ਹੈਗੀ ਹੈ 4 ਮਹੀਨਿਆਂ ਦੀ। ਇੱਕ ਸਾਲ ਦੇ ਵਿੱਚ ਟੋਟਲ ਕਿੰਨੇ ਮਹੀਨੇ ਹੁੰਦੇ ਨੇ, 12। ਇੱਥੇ 4 ਹਿੱਸੇ ਦੱਸੇ ਹੋਏ, 4/12 ਲਿਖ ਸਕਦੇ ਹਾਂ ਆ ਰਹੇ। ਵਾਟ ਫਰੈਕਸ਼ਨ ਆਫ ਅ ਡੇ, ਇੱਕ ਘੰਟੇ ਮਤਲਬ ਇੱਕ ਦਿਨ ਦੇ ਵਿੱਚ, 10 ਆਰ ਪੂਰੇ ਦਿਨ ਦਾ ਕਿੰਨਾ ਹਿੱਸਾ ਹੈ, 10। ਟੋਟਲ ਕਿੰਨੇ ਆਰਸ ਹੁੰਦੇ ਨੇ, 24, ਇਹ ਆ ਗਿਆ 10/24।
ਵਟ ਫਰੈਕਸ਼ਨ ਆਫ ਅ ਵੀਕ, ਵੀਕ ਵਿੱਚ ਕਿੰਨੇ ਦਿਨ ਹੁੰਦੇ ਨੇ ਟੋਟਲ? 7 ਡੇਜ਼। ਇੱਥੇ 2 ਦਿਨਾਂ ਦੀ ਗੱਲ ਕੀਤੀ ਗਈ ਹੈ ਵੀ 2 ਦਿਨ ਕਿੰਨਾ ਹਿੱਸਾ ਹੈਗਾ ਪੂਰੇ ਹਫਤੇ ਵਿੱਚੋਂ 2/7, ਇਦਾਂ ਕਰਕੇ ਲਿਖ ਸਕਦੇ। ਅੱਗੇ ਕਿਹਾ ਗਿਆ ਰਾਈਟ ਦ ਨੈਚੁਰਲ ਨੰਬਰਸ ਫਰੋਮ 1 to 15, 1 to 15 ਤੱਕ ਸਾਰੇ ਨੈਚੁਰਲ ਨੰਬਰਸ ਲਿਖਦੇ ਇਹ ਸਾਰੇ ਦੇ ਸਾਰੇ ਇੱਥੇ ਤੱਕ। ਵਟ ਫਰੈਕਸ਼ਨ ਆਫ ਦੈਮ ਆਰ ਪ੍ਰਾਈਮ ਨੰਬਰਸ, ਇਹਨਾਂ ਵਿੱਚੋਂ ਪ੍ਰਾਈਮ ਨੰਬਰ ਕਿਹੜੇ ਨੇ? ਪ੍ਰਾਈਮ ਨੰਬਰ ਉਹ ਹੁੰਦੇ ਨੇ ਜਿਨ੍ਹਾਂ ਦੇ 2 ਫੈਕਟਰ ਹੁੰਦੇ ਨੇ, ਯਾਨੀ ਉਹ ਆਪ ਨੰਬਰ ਤੇ ਇੱਕ ਹੁੰਦਾ ਉਹਦੇ ਵਿੱਚ ਇਟਸੈਲਫ, ਉਹ ਨੰਬਰ ਆਪਣੇ ਆਪ ਦੇ ਟੇਬਲ 'ਚ ਆਉਂਦਾ ਤੇ ਇੱਕ ਦੇ ਟੇਬਲ 'ਚ ਆਉਂਦਾ। ਯਾਦ ਰੱਖਿਓ 1 ਜਿਹੜਾ ਪ੍ਰਾਈਮ ਨੰਬਰ ਨਹੀਂ ਹੈਗਾ, ਸਿਰਫ 2 ਅਜਿਹਾ ਈਵਨ ਨੰਬਰ ਹੈ ਜਿਹੜਾ ਪ੍ਰਾਈਮ ਹੈਗਾ। 2 ਹੈਗਾ ਪ੍ਰਾਈਮ, 3 ਹੈਗਾ, 5 ਹੈਗਾ, 6 ਆਉਂਦਾ ਨਾ ਬਾਕੀਆਂ ਦੇ ਟੇਬਲ 'ਚ, 7 ਨਹੀਂ ਆਉਂਦਾ, 8 ਵੀ ਆਉਂਦਾ 2 ਦੇ ਟੇਬਲ 'ਚ, 9 ਵੀ ਆਉਂਦਾ, 10 ਵੀ ਆਉਂਦਾ, 11 ਨਹੀਂ ਆਉਂਦਾ, 12 ਵੀ ਆਉਂਦਾ 6 ਦੇ ਟੇਬਲ 'ਚ, 2 ਦੇ, 3 ਦੇ, 4 ਦੇ, 13 ਨਹੀਂ ਆਉਂਦਾ, 14 ਵੀ ਆਉਂਦਾ 2 ਦੇ, 7 ਦੇ ਟੇਬਲ 'ਚ ਤੇ 15 ਵੀ ਆਉਂਦਾ। ਤੇ ਇਹਦੇ ਵਿੱਚ ਸਾਡੇ ਕੋਲ ਕਿੰਨੇ ਆ ਗਏ ਪ੍ਰਾਈਮ? 1, 2, 3, 4, 5, 6, 6 ਬਟਾ ਟੋਟਲ ਨੰਬਰ ਕਿੰਨੇ ਸੀ? 15। ਹੁਣ ਜਿਵੇਂ ਇੱਥੇ ਕਿਹਾ ਗਿਆ ਅ ਬੈਗ ਕੰਟੇਨਸ 8 ਬਾਲਸ, 8 ਗੇਂਦਾਂ ਨੇ ਜਿਹਦੇ ਵਿੱਚੋਂ 3 ਨੀਲੀਆਂ ਨੇ ਤੇ 5 ਚਿੱਟੀਆਂ। ਵਟ ਫਰੈਕਸ਼ਨ ਆਫ ਬਾਲ ਰੀਪ੍ਰੈਜੈਂਟਸ ਬਲੂ ਐਂਡ ਵਾਈਟ, ਇਹ ਦੱਸਣਾ ਬਲੂ ਬਾਲਸ ਕਿੰਨੀ ਫਰੈਕਸ਼ਨ ਵਿੱਚ ਹੈਗੀਆਂ ਤੇ ਵਾਈਟ ਕਿੰਨੀਆਂ। ਬਲੂ ਬਾਲਸ ਦਾ ਕੀ ਆ ਜਾਏਗਾ? 3/8, ਤੇ ਵਾਈਟ ਦਾ ਕੀ ਆ ਜਾਏਗਾ? 5/8। ਹੁਣ ਗੱਲ ਕਰਦੇ ਹਾਂ ਫਰੈਕਸ਼ਨ ਐਂਡ ਡਿਵੀਜ਼ਨ। ਜਿਵੇਂ ਮੰਨ ਲਓ 12 ਗੇਂਦਾਂ ਨੇ ਤੇ ਸਾਨੂੰ 12 ਵਿੱਚੋਂ 1/4 ਹਿੱਸਾ ਚਾਹੀਦਾ, ਠੀਕ ਹੈ? ਟੋਟਲ ਕੋਈ ਚੀਜ਼ ਜਿਹੜੀ ਆ 12 ਹੈਗੀ ਹੈ, ਸਾਨੂੰ ਉਹਦੇ ਵਿੱਚੋਂ 1/4 ਜੇ ਹਿੱਸਾ ਚਾਹੀਦਾ ਤਾਂ ਤੁਸੀਂ ਲਿਖੋਗੇ 12 × 1/4। ਜੇ ਨੰਬਰ ਇਕੱਲਾ ਹੈ, ਯਾਦ ਰੱਖਿਓ ਇਹਦੇ ਥੱਲੇ 1 ਹੁੰਦਾ, ਜੇ ਕੋਈ ਨੰਬਰ ਇਕੱਲਾ ਹੁੰਦਾ, ਉੱਤੇ ਵਾਲੇ ਨੂੰ ਉੱਤੇ ਵਾਲੇ ਨਾਲ ਮਲਟੀਪਲਾਈ ਕਰੋ 12 × 1, ਥੱਲੇ ਵਾਲੇ ਨੂੰ ਥੱਲੇ ਦੇ ਨਾਲ ਮਲਟੀਪਲਾਈ ਕਰੋ, ਇਹ ਆ ਗਿਆ 12/4। 12 ਨੂੰ 4 ਦੇ ਨਾਲ ਡਿਵਾਈਡ ਕਰੋਗੇ 3 ਆ ਜਾਏਗਾ ਆਨਸਰ, ਆ ਦੇਖ ਲਓ 3 ਬਾਲਸ ਆ ਜਾਣਗੀਆਂ ਹਰੇਕ। ਜੇ 12 ਹਿੱਸੇ ਕਰਨੇ ਨੇ, 12 ਗੇਂਦਾਂ ਨੂੰ ਹਿੱਸਿਆਂ ਵਿੱਚ ਵੰਡਣਾ ਹੈ ਤਾਂ ਹਰੇਕ ਰੋ ਦੇ ਵਿੱਚ 3 ਗੇਂਦਾਂ, ਟੋਟਲ ਕਿੰਨੇ? 4 ਰੋਜ਼ ਬਣ ਜਾਣਗੀਆਂ। ਉਵੇਂ ਹੀ 2/3 ਆਫ 12 ਬਾਲਸ, ਜਿਵੇਂ ਕਹਾਂ 2/3 ਆਫ 12, ਆਫ ਦੀ ਥਾਂ ਤੇ ਕੀ ਆ ਜਾਏਗਾ? ਮਲਟੀਪਲਾਈ, 12 ਦੇ ਥੱਲੇ 1 ਆ ਗਿਆ, ਉੱਤੇ ਵਾਲੇ ਨੂੰ ਉੱਤੇ ਨਾਲ ਮਲਟੀਪਲਾਈ ਕਰੋ, ਥੱਲੇ ਵਾਲੇ ਨੂੰ ਥੱਲੇ ਦੇ ਨਾਲ। 12 × 2 = 24, 3 × 1 = 3, ਜਦ ਡਿਵਾਈਡ ਕਰੋਗੇ ਤੁਹਾਡੇ ਕੋਲ ਆਨਸਰ ਆ ਜਾਏਗਾ 8 ਬਾਲਸ। ਦੇਖ ਲੈਂਦੇ ਆ ਮੈਚ ਹੋ ਰਿਹਾ, 8 ਬਾਲਸ ਆ ਰਹੇ ਆ, ਦੇਖੋ। ਉਵੇਂ ਹੀ ਇਹਨੂੰ ਸੋਲਵ ਕੀਤਾ 1/4 ਆਫ 16, ਇੱਥੇ ਸੋਲਵ ਕਰਕੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ। 1/4 ਆਫ 16 ਦਾ ਮਤਲਬ 1/4 ਮਲਟੀਪਲਾਈਡ ਬਾਈ 16, ਇਹਦਾ ਮਤਲਬ 16 ਦੇ ਨੀਚੇ 1 ਹੈ, ਉੱਤੇ ਵਾਲੇ ਨੂੰ ਉੱਤੇ ਨਾਲ, ਥੱਲੇ ਵਾਲੇ ਨੂੰ ਥੱਲੇ ਨਾਲ, ਇਹ ਆ ਗਿਆ 16/4, ਡਿਵਾਈਡ ਕਰੋਗੇ 16 ਨੂੰ 4 ਨਾਲ, 4 ਆ ਜਾਏਗਾ। ਉਵੇਂ ਹੀ 2/5 ਆਫ 20, 2/5 ਮਲਟੀਪਲਾਈਡ ਬਾਈ 20 ਆ ਗਿਆ, ਇਕੱਲਾ ਨਹੀਂ ਹੈ 20, ਇਹਦੇ ਥੱਲੇ 1 ਲਿਖ ਸਕਦੇ, ਇਹ ਆ ਗਿਆ 20 × 2/5 × 1, 40/5, ਕਟਿੰਗ ਕਰੋਗੇ 8 ਆ ਜਾਏਗਾ। ਇਹ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੇਣਾ ਵੀ ਤੁਹਾਡੇ ਤੋਂ ਸੋਲਵ ਹੋ ਗਿਆ ਜਾਂ ਨਹੀਂ। ਆਪਾਂ ਅਗਲਾ ਐਗਜ਼ਾਮਪਲ ਟਰਾਈ ਕਰਦੇ ਹਾਂ।
ਜਯੰਤ ਦੇ ਕੋਲ 24 ਓਰੇਂਜਸ ਦੇ ਸੰਤਰੇ ਨੇ, ਇਫ ਹੀ ਏਟ 1/6 ਆਫ ਦੈਮ, ਜੇ ਉਹਨੇ 1/6 ਖਾ ਲਿਆ, ਦੈਨ ਦੋ ਸਵਾਲ ਪੁੱਛੇ ਨੇ, ਹਾਊ ਮੈਨੀ ਓਰੇਂਜਸ ਹੀ ਏਟ, ਜੇ 1/6 ਆਫ 24 ਖਾ ਲਿਆ, 1/6 ਆਫ 24 ਖਾ ਲਿਆ, ਇਹ ਹੋ ਗਿਆ 1/6 ਮਲਟੀਪਲਾਈਡ ਬਾਏ 24/1, 24 ਨੂੰ 1 ਨਾਲ ਮਲਟੀਪਲਾਈ ਕੀਤਾ 24, 6 ਨੂੰ 1 ਨਾਲ ਕੀਤਾ 6, ਡਿਵਾਈਡ ਕਰੋਗੇ ਆਨਸਰ ਆ ਗਿਆ 4। ਕਹਿਣ ਦਾ ਮਤਲਬ 4 ਓਰੇਂਜਸ ਉਹਨੇ ਖਾ ਲਏ, ਤੇ ਕਿੰਨੇ ਬਚ ਗਏ, 24 ਵਿੱਚੋਂ ਜੇ 4 ਖਾ ਲਏ ਮਾਈਨਸ ਕਰ ਦੋਗੇ 20 ਬਚ ਜਾਣਗੇ, ਜੋ ਬਚ ਗਏ। ਉਵੇਂ ਹੀ ਜੈਸਮਿਨ ਹੈਜ਼ ਅ ਪੈਕਟ ਆਫ 20 ਬਿਸਕਿਟ, 20 ਬਿਸਕਿਟ ਨੇ ਜੈਸਮਿਨ ਕੋਲ, ਉਹਨੇ 1/4 ਹਿੱਸਾ ਉਹਦਾ ਹਰਨੀਤ ਨੂੰ ਦੇਤਾ ਤੇ 3/5 ਹਿੱਸਾ ਉਹਦਾ ਸੋਫੀਆ ਨੂੰ ਦੇਤਾ, ਬਾਕੀ ਆਪਣੇ ਕੋਲ ਰੱਖ ਲਿਆ। ਪਹਿਲਾਂ ਪੁੱਛਿਆ ਹਰਨੀਤ ਨੂੰ ਕਿੰਨਾ ਦਿੱਤਾ, 1/4 ਆਫ 20, 5 ਬਿਸਕਿਟ। ਫਿਰ ਸੋਫੀਆ ਨੂੰ ਕਿੰਨਾ ਦਿੱਤਾ, 3/5 ਆਫ 20, 3/5 ਆਫ 20, ਸੋਲਵ ਕਰੋਗੇ 12। ਇਹ ਉਹਨੇ ਟੋਟਲ ਦੇ ਦਿੱਤਾ, 12+5 ਕਿੰਨਾ ਹੋ ਗਿਆ ਸਾਡੇ ਕੋਲ, 12 ਦੇ ਵਿੱਚ 5 ਐਡ ਕੀਤਾ 17 ਦੇ ਦਿੱਤਾ, ਟੋਟਲ ਕਿੰਨਾ ਸੀ 20, 20 ਦੇ ਵਿੱਚੋਂ 17 ਮਾਈਨਸ ਕਰੋਗੇ ਪਤਾ ਲੱਗ ਜਾਏਗਾ ਉਹਦੇ ਕੋਲ ਕਿੰਨੇ ਬਚ ਗਏ, 3 ਬਿਸਕਿਟਸ। ਅੱਗੇ ਫਰੈਕਸ਼ਨਸ ਔਨ ਨੰਬਰ ਲਾਈਨ, ਨੰਬਰ ਲਾਈਨ ਤੇ ਕਿਵੇਂ ਡਰਾ ਕਰੀਦਾ, ਦੇਖੋ 1/2 ਨੂੰ ਡਰਾ ਕਰਨਾ ਨੰਬਰ ਲਾਈਨ ਤੇ, ਇਹਦਾ ਸੌਖਾ ਤਰੀਕਾ ਦੋ ਹੈਗੇ ਨੇ, ਇੱਕ ਜਾਦੂ ਮੈਂ ਤੁਹਾਨੂੰ ਦੱਸਦੀ ਹਾਂ 1/2 ਨੂੰ ਕਿਵੇਂ ਸੋਲਵ ਕਰਨਾ ਹੈ, 1 ਅੰਦਰ ਲਿਖੋ 2 ਬਾਹਰ। ਹੁਣ ਸਾਨੂੰ ਪਤਾ ਇਹ ਜਿਹੜਾ 1/2 ਹੈ ਇਹ ਟ੍ਰਿਕ ਹੈ ਚੈੱਕ ਕਰਨ ਲਈ ਵੀ ਤੁਸੀਂ ਠੀਕ ਕਰ ਰਹੇ ਹੋ ਜਾਂ ਨਹੀਂ, ਇਹ 2 ਡਿਵਾਈਡ ਨਹੀਂ ਕਰ ਪਾਏਗਾ, ਇੱਥੇ ਆਏਗਾ 0, ਡੈਸੀਮਲ ਲਾ ਦਿਓ ਇੱਥੇ ਬਣ ਗਿਆ, ਜੇ ਪੁਆਇੰਟ ਲਾ ਤਾ 0 ਆ ਗਿਆ ਇੱਥੇ, 2 5s are 10, ਯਾਨੀ ਇਹਨਾਂ ਨੂੰ ਜੇ ਡਿਵਾਈਡ ਕੀਤਾ 0.5 ਆਉਂਦਾ, ਇਹ ਕਿਤੇ 0 ਤੇ 1 ਦੇ ਵਿਚਕਾਰ ਆਏਗਾ, 0.5 ਨਹੀਂ ਲਿਖਣਾ 1/2 ਲਿਖਣਾ, ਇੱਕ ਤਾਂ ਇਹ ਤਰੀਕਾ, ਠੀਕ ਹੈ। ਦੂਜਾ ਤਰੀਕਾ ਜੋ ਆਪਾਂ ਐਕਚੁਲੀ ਸੋਲਵ ਕਿਵੇਂ ਕਰਨਾ ਹੈ, ਇਹਨੂੰ ਜਿਵੇਂ 1/2 ਹੈ ਨਾ, ਇਹਨੂੰ ਪਹਿਲਾਂ 0/2 ਲਿਖੋ, ਫਿਰ ਲਿਖੋ 0 ਤੋਂ ਬਾਅਦ ਕੀ ਆ ਜਾਂਦਾ 1/2, ਫਿਰ ਆ ਜਾਂਦਾ 2/2, ਠੀਕ ਹੈ। ਇਹ 0/2 ਹੋ ਗਿਆ 0, 1/2 ਇੱਦਾਂ ਦਾ ਇੱਦਾਂ, 2/2 ਕੀ ਹੋ ਗਿਆ ਸਾਡੇ ਕੋਲ 1, ਕਟਿੰਗ ਹੋ ਜਾਏਗੀ ਨਾ 1 ਆ ਜਾਏਗਾ। ਇਹਦਾ ਕਹਿਣ ਦਾ ਮਤਲਬ ਇਹ ਹੈਗਾ ਵੀ ਕਿੰਨੇ ਹਿੱਸੇ ਹੋ ਗਏ, ਇਹ 0 ਹੈ, ਇਹ ਸਾਡੇ ਕੋਲ 1 ਹੈ, ਟੋਟਲ ਕਿੰਨੇ ਹਿੱਸੇ ਕਰਨੇ ਆਪਾਂ, ਆ ਦੇਖੋ ਇੱਕ ਹਿੱਸਾ ਇਹ ਵਾਲਾ ਤੇ ਦੂਜਾ ਹਿੱਸਾ ਆ ਵਾਲਾ, ਇਹਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ ਲਾਈਨ ਨੂੰ, ਇਹ ਆ ਗਿਆ 1/2 ਸਾਡੇ ਕੋਲ ਆਨਸਰ। ਉਵੇਂ ਹੀ ਮੰਨ ਲਓ ਤੁਹਾਨੂੰ ਕਿਹਾ ਗਿਆ ਨਹੀਂ ਜੀ 1/2 ਨਹੀਂ 1/3 ਦੱਸੋ, ਤੁਸੀਂ ਕਹੋਗੇ ਪਹਿਲਾਂ 0/3 ਲਿਖੋਗੇ, ਫਿਰ 1/3, ਫਿਰ 0 ਆ ਗਿਆ 1 ਆ ਗਿਆ 2/3, ਫਿਰ 3/3, ਮੈਚਿੰਗ ਹੋ ਗਈ, ਕਿੰਨੇ ਹਿੱਸੇ ਹੋ ਗਏ 1, 2, 3, ਇਹ ਆ ਗਿਆ 0, ਇਹ ਆ ਗਿਆ 1, 0/3 0 ਹੁੰਦਾ, 3/3 1 ਹੁੰਦਾ, 0 ਤੇ 1 ਦੇ ਵਿਚਕਾਰ ਹੈਗਾ, ਇਹ ਜਿਹੜਾ ਹਿੱਸਾ ਹੈਗਾ ਇਹ ਹੈਗਾ 1/3, ਇਹ ਹੈਗਾ 2/3, ਤੇ ਆਪਾਂ ਦੇਖ ਲਏ 3 ਹਿੱਸੇ, ਇਹਨਾਂ ਨੂੰ ਲਿਖਤਾ ਇੱਥੇ। ਮੰਨ ਲਓ ਤੁਹਾਨੂੰ ਕਿਹਾ ਗਿਆ 4/5, ਜਿਵੇਂ ਕੁਐਸਚਨ ਦੇ ਵਿੱਚ ਕਿਹਾ ਗਿਆ 4/5 ਨੂੰ ਰੀਪ੍ਰੈਜ਼ੈਂਟ ਕਰਨਾ, ਉਹਨੂੰ ਕਿਵੇਂ ਕਰੋਗੇ, 4/5 ਲਿਖਣਾ ਸ਼ੁਰੂ ਕਰਦੇ ਹਾਂ, ਇੱਕ ਹੋ ਗਿਆ 0/5, 1/5, ਨਿਊਮੀਨੇਟਰ ਚੇਂਜ ਕਰਦੇ ਰਹੋ, 2/5, 3/5, 4/5, 5/5, 0/5 0 ਹੁੰਦਾ, 1/5 1 ਹੁੰਦਾ, ਇਹ ਆ ਗਿਆ 0, ਇਹ ਆ ਗਿਆ 1। ਹੁਣ ਆਪਾਂ 4/5 ਨੂੰ ਰੀਪ੍ਰੈਜ਼ੈਂਟ ਕਰਨਾ,
ਏ ਆ ਗਿਆ 1/5, ਫਿਰ ਅਗਲਾ 2/5, ਏ ਆ ਗਿਆ 3/5, ਏ ਆ ਗਿਆ 4/5, ਬਰਾਬਰ ਦਾ ਡਿਸਟੈਂਸ ਹੋਣਾ ਚਾਹੀਦਾ। ਜਿਵੇਂ ਇੱਥੇ ਇੱਥੇ ਮੇਰਾ ਵੱਧ ਹੈ ਨਾ, ਤੁਸੀਂ ਬਰਾਬਰ ਕਰਿਓ। ਆਪਾਂ 4/5 ਰੀਪ੍ਰੈਜ਼ੈਂਟ ਕਰਦਾ, ਇੱਦਾਂ ਕਰਕੇ ਸਰਕਲ ਮਾਰ ਸਕਦੇ ਹੋ ਤੁਸੀਂ। ਉਵੇਂ ਹੀ ਅਗਲਾ ਜਿਹੜਾ ਇਹਦੇ ਵਿੱਚ ਹੈਗਾ ਉਹ ਹੈਗਾ 3/7, 0/7, 1/7, 2/7, 3/, ਇੱਦਾਂ ਕਰਦੇ ਕਰਦੇ 7/7। ਆ ਦੇਖ ਲਓ, ਆ 0 ਹੈ, ਏ 1 ਹੈ, 7/7, ਉਹ ਨੰਬਰ ਬਾਏ ਉਹ ਨੰਬਰ ਜੇ ਹੋਏ ਨਾ ਤਾਂ 1 ਆ ਜਾਂਦਾ। ਤਾਂ ਹਿੱਸਿਆਂ ਵਿੱਚ ਵੰਡ ਲਿਆ ਆਪਾਂ, 3/7 ਦੱਸਣਾ ਸੀ, ਇਹ ਆ ਗਿਆ। ਆ ਗਿਆ, ਇੰਪੋਰਟੈਂਟ ਹੈਗਾ, ਇਹਨੂੰ ਇੱਦਾਂ ਯਾਦ ਰੱਖਿਓ। ਹੁਣ ਆਪਾਂ ਐਕਸਰਸਾਈਜ਼ ਟਰਾਈ ਕਰਕੇ ਦੇਖਦੇ ਹਾਂ ਵੀ ਸਾਡੇ ਕੋਲ ਐਕਸਰਸਾਈਜ਼ 5.1 ਜਿਹੜੀ ਹੈਗੀ ਆ ਉਹ ਸੋਲਵ ਹੁੰਦੀ ਹੈ ਜਾਂ ਨਹੀਂ। ਰਾਈਟ ਦ ਫਰੈਕਸ਼ਨ ਰੀਪ੍ਰੈਜ਼ੈਂਟਿੰਗ ਦ ਸ਼ੇਡਿਡ ਪੋਰਸ਼ਨ। ਇਹਦੇ ਵਿੱਚ ਫਰੈਕਸ਼ਨ ਦੱਸਣੀ ਹੈ, ਟੋਟਲ ਕਿੰਨੇ ਹਿੱਸੇ ਨੇ, 1, 2, 3, 4, ਟੋਟਲ 4 ਨੇ, ਸ਼ੇਡਿਡ ਕਿੰਨਾ, 1। ਇਹਦੇ ਵਿੱਚ 1, 2, 3, 4, 5, 6, 7, 8 ਹਿੱਸੇ ਨੇ, ਸ਼ੇਡਿਡ ਕਿੰਨੇ ਨੇ, 1, 2, 3, 4, 5। ਟੋਟਲ ਕਿੰਨੇ ਨੇ, 1, 2, 3, 4, 5, 6, 7, 8, 9, ਟੋਟਲ 9 ਨੇ, ਸ਼ੇਡਿਡ ਕਿੰਨੇ ਨੇ, 1, 2, 3, 4। ਇਹਦੇ ਵਿੱਚ ਟਰਾਈ ਕਰਦੇ ਹਾਂ, 1, 2, 3, 4, 5, 6, 7, 8, ਟੋਟਲ 8 ਨੇ, ਸ਼ੇਡਿਡ ਕਿੰਨੇ ਨੇ, 1, 2, 3, 4, 5। ਕਿੰਨੇ ਸਰਕਲ ਨੇ, 1, 2, 3, 4, 5, 6, 7, 8, 9, 10, 11, 12, 13, 14, 15, 16, ਟੋਟਲ 16 ਨੇ, ਸ਼ੇਡਿਡ ਕਿੰਨੇ ਨੇ, 1, 2, 3, 4, 5, 6, 7। ਤਿੰਨ ਹਿੱਸੇ ਨੇ, ਤਿੰਨ ਹੀ ਸ਼ੇਡਿਡ ਹੈਗੇ ਨੇ। ਇਹ ਵਾਲਾ ਚੈੱਕ ਕਰਦੇ ਹਾਂ, 1, 2, 3, 4, 5, ਟੋਟਲ 5 ਨੇ, ਸ਼ੇਡਿਡ ਕਿੰਨੇ ਨੇ, 2। 1, 2, 3, 4, 5, 6, 7, 7 ਟੋਟਲ ਨੇ, 1, 2, 3, 4, 4 ਸ਼ੇਡਿਡ ਨੇ, ਆ ਗਿਆ 4/7। ਕਲਰ ਦਾ ਪਾਰਟ ਅਕੋਰਡਿੰਗ ਟੂ ਦਾ ਗਿਵਨ ਫਰੈਕਸ਼ਨ। ਇਹਦੇ ਵਿੱਚ ਰੰਗ ਭਰਨਾ ਹੈ, ਟੋਟਲ 8 ਹਿੱਸੇ ਨੇ, 5 ਦੇ ਵਿੱਚ ਰੰਗ ਭਰਨਾ ਹੈ। ਪਹਿਲਾ ਹਿੱਸਾ, ਦੂਜਾ ਹਿੱਸਾ, ਤੀਜਾ, ਚੌਥਾ, ਪੰਜਵਾਂ। ਤੁਸੀਂ ਕੋਈ ਵੀ ਲੈ ਸਕਦੇ ਹੋ, ਥੱਲੇ 4 ਦਿੱਤੇ ਹੋਏ ਆ, ਮੰਨ ਲਓ ਮੈਂ ਇਹ ਵਾਲਾ ਲੈ ਲਿਆ ਪੰਜਵਾਂ ਹਿੱਸਾ। ਚੰਗੀ ਤਰ੍ਹਾਂ ਕਲਰ ਭਰਿਓ, 3/4 ਯਾਨੀ ਤਿੰਨ ਹਿੱਸੇ ਕਲਰ ਨੇ, ਪਹਿਲਾ, ਦੂਜਾ, ਤੀਜਾ। ਤੁਸੀਂ ਕੋਈ ਵੀ ਲੈ ਸਕਦੇ ਹੋ ਦੋਨਾਂ ਵਿੱਚੋਂ, ਮੰਨ ਲਓ ਮੈਂ ਇਹ ਵਾਲਾ ਲੈ ਲਿਆ, ਇਹ ਆ ਗਿਆ ਤੀਜਾ। ਚੰਗੀ ਤਰ੍ਹਾਂ ਤੁਸੀਂ ਪੜ ਲਿਓ, 2/6 ਦੋ ਹਿੱਸੇ ਰੰਗ ਦੇ ਨੇ, ਇਹ ਮੈਂ ਪਹਿਲਾਂ ਭਰਤਾ, ਇੱਕ ਹੋਰ ਕੋਈ ਵੀ ਹੋ ਸਕਦਾ, ਮੰਨ ਲਓ ਇਹ ਵਾਲਾ। 7/9 7 ਹਿੱਸੇ ਭਰਨੇ ਨੇ, ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ। 11/16 11 ਹਿੱਸੇ ਪੜਨੇ ਨੇ, ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ,
ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ, ਦਸਵਾਂ, ਗਿਆਰਵਾਂ, ਬਾਰਵਾਂ, ਸੋਰੀ 11 ਪੜ੍ਹਨੇ ਨੇ ਨਾ, ਇਹ ਨਾ ਭਰਿਓ, 11 ਹਿੱਸੇ ਹੋ ਜਾਣਗੇ, ਤੁਸੀਂ ਇਹ ਪੜ੍ਹ ਸਕਦੇ ਹੋ। ਅੱਗੇ ਚੱਲਦੇ ਹਾਂ, ਰਾਈਟ ਦ ਫਰੈਕਸ਼ਨ ਫੋਰ ਈਚ ਆਫ ਦ ਫੋਲੋਇੰਗ। ਇੱਥੇ ਨੰਬਰ ਦੱਸਿਆ ਹੋਇਆ, ਇਹਦੀ ਫਰੈਕਸ਼ਨ ਲਿਖਣੀ ਹੈ। 3/4, 3/4, 7/10, 7/10, ਅ ਕੁਆਟਰ, ਯਾਦ ਰੱਖਿਓ ਕੁਆਟਰ ਕੀ ਹੁੰਦਾ ਹੈ, 1/4 ਹਿੱਸਾ, ਬੜਾ ਇੰਪੋਰਟੈਂਟ ਹੈ। 5/8, 5/8, 3/12, 3/12, ਇੱਥੇ ਫਰੈਕਸ਼ਨ ਲਿਖਣੀ ਹੈ। ਨਿਊਮੀਨੇਟਰ ਤੇ ਡਿਨੋਮੀਨੇਟਰ ਦਿੱਤਾ ਹੋਇਆ, ਨਿਊਮੀਨੇਟਰ ਯਾਨੀ ਉੱਤੇ ਵਾਲਾ, ਡਿਨੋਮੀਨੇਟਰ ਯਾਨੀ ਥੱਲੇ ਵਾਲਾ। ਨਿਊਮੀਨੇਟਰ 2 ਹੈ, ਡਿਨੋਮੀਨੇਟਰ 11, ਨਿਊਮੀਨੇਟਰ 6 ਹੈ, ਡਿਨੋਮੀਨੇਟਰ 7 ਹੈ। ਇਹਦੇ ਵਿੱਚ ਦੱਸਣਾ ਹੈ ਨਿਊਮੀਨੇਟਰ ਤੇ ਡਿਨੋਮੀਨੇਟਰ ਕੀ ਹੈਗਾ। ਇੱਥੇ ਲਿਖਦੇ ਹਾਂ ਨਿਊਮੀਨੇਟਰ ਤੇ ਦੂਜਾ ਪਾਰਟ ਡਿਨੋਮੀਨੇਟਰ। ਪਹਿਲਾ ਹੈਗਾ ਇਹਦੇ ਵਿੱਚ 2/3, 2/3, ਨਿਊਮੀਨੇਟਰ ਕੀ ਹੈ 2, ਡਿਨੋਮੀਨੇਟਰ ਕੀ ਹੈਗਾ 3। ਅਗਲਾ 1/4, ਨਿਊਮੀਨੇਟਰ 1, ਡਿਨੋਮੀਨੇਟਰ ਕੀ ਹੈਗਾ ਇਹਦੇ ਵਿੱਚ 4। ਨੈਕਸਟ ਪਾਰਟ 5/11, 5 ਨਿਊਮੀਨੇਟਰ, 11 ਡਿਨੋਮੀਨੇਟਰ। 9/13, 9 ਨਿਊਮੀਨੇਟਰ ਤੇ 13 ਕੀ ਹੋ ਗਿਆ, ਥੱਲੇ ਵਾਲਾ ਡੀ ਤੋਂ ਡਿਨੋਮੀਨੇਟਰ, ਡੀ ਤੋਂ ਡਾਊਨ। ਇਹ ਮੈਂ ਤੁਹਾਡੇ ਲਈ ਛੱਡ ਰਹੀ ਹਾਂ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਦਿਓ। ਅਗਲਾ ਐਕਸਪ੍ਰੈਸ 1 ਡੇ ਐਜ ਅ ਫਰੈਕਸ਼ਨ ਆਫ 1 ਵੀਕ। ਹੁਣ ਦੇਖੋ ਇਹਨੂੰ ਆਪਾਂ ਇੱਦਾਂ ਆਨਸਰ ਕਰਦੇ ਹਾਂ, 1 ਵੀਕ ਦੇ ਵਿੱਚ ਕਿੰਨੇ ਡੇਜ਼ ਹੁੰਦੇ ਨੇ, 7 ਡੇਜ਼। ਫਰੈਕਸ਼ਨ ਕੀ ਬਣੇਗੀ, 1 ਡੇ ਦੀ ਗੱਲ ਕੀਤੀ ਗਈ ਹੈ, 1/ ਟੋਟਲ ਕਿੰਨੇ ਦਿਨ ਹੁੰਦੇ ਨੇ, 7। ਸੈਕਿੰਡ ਪਾਰਟ ਟਰਾਈ ਕਰਦੇ ਹਾਂ ਇਹਦਾ, 40 seconds as a fraction of 1 minute. 1 minute ਦੇ ਵਿੱਚ ਕਿੰਨੇ seconds ਹੁੰਦੇ ਨੇ, 60 seconds। ਇਹ ਵੀ seconds ਦੇ ਵਿੱਚ ਹੈਗਾ, fraction ਹੋ ਗਈ 40/60, 0 ਨਾਲ 0 ਉੜ ਗਿਆ, 4/6 ਵੀ ਲਿਖ ਸਕਦੇ ਹੋ ਇਹਨੂੰ। ਇਹ ਵੀ ਕਟਿੰਗ ਕਰ ਸਕਦੇ ਹੋ 2 ਦੇ ਟੇਬਲ ਨਾਲ, 2 2s are 4, 2 3s are 6, ਇਹ ਆ ਗਿਆ 2/3, ਇੱਕੇ ਟੇਬਲ ਨਾਲ ਕਟਿੰਗ ਹੋਣੀ ਚਾਹੀਦੀ ਹੈ। ਤੀਜਾ ਪਾਰਟ 15 hours ਐਜ਼ ਅ ਫਰੈਕਸ਼ਨ ਆਫ 1 ਡੇ। 1 ਡੇ ਦੇ ਵਿੱਚ ਕਿੰਨੇ ਆਰਸ ਹੁੰਦੇ ਨੇ, 24 hours। ਫਰੈਕਸ਼ਨ 15/24, ਇਹ ਦੋਨੋਂ 3 ਦੇ ਟੇਬਲ ਨਾਲ ਚਲੇ ਜਾਣਗੇ, 3 5s are 15 ਹੁੰਦਾ, 3 8s are 24, ਇਹ 5 ਆ ਗਿਆ, ਇਹ 8 ਆ ਗਿਆ, ਆ ਗਿਆ 5/8। ਚੌਥਾ ਪਾਰਟ 2 months ਐਜ ਅ ਫਰੈਕਸ਼ਨ ਆਫ 1 ਈਅਰ। 1 ਈਅਰ ਕਿੰਨੇ ਮੰਥਸ, 12 months। ਫਰੈਕਸ਼ਨ ਆ ਗਈ 2/12, 2 ਦੇ ਟੇਬਲ ਨਾਲ ਚਲੇ ਜਾਣਗੇ, 2 1s are 2, 2 6s are 12 ਹੁੰਦਾ, ਇਹ ਆ ਗਿਆ 1/6। ਪੰਜਵਾਂ 45 centimeter ਐਜ ਅ ਫਰੈਕਸ਼ਨ ਆਫ 1 meter। 1 meter is equal to 100 centimeter, ਫਰੈਕਸ਼ਨ ਕੀ ਆ ਗਈ,
45 ਸੈਂਟੀਮੀਟਰ ਬਟਾ 100 ਸੈਂਟੀਮੀਟਰ, ਇਹ 5 ਦੇ ਨਾਲ ਕਟਿੰਗ ਹੋ ਜਾਏਗੀ। 5 9s ਆਰ 45, 5 20s ਆਰ 100, ਇਹ ਆ ਗਿਆ 9 ਬਟਾ 20 ਆਨਸਰ। ਅੱਗੇ ਰਾਈਟ ਦ ਨੰਬਰਸ ਫਰੋਮ 1 ਟੂ 25। ਚਲੋ ਪਹਿਲਾਂ ਨੰਬਰਸ ਲਿਖ ਲੈਂਦੇ ਆ। 1 ਟੂ 25, 1 2 3 4 5 6 7 8 9 10 11 12 13 14 15 16 17 18 19 20 21 22 23 24 ਤੇ 25। ਟੋਟਲ ਕਿੰਨੇ ਨੇ? 25 ਨੰਬਰਸ ਨੇ। ਵਾਟ ਫਰੈਕਸ਼ਨ ਆਫ ਦੈਮ ਆਰ ਈਵਨ ਨੰਬਰਸ? ਈਵਨ ਨੰਬਰਸ ਲਿਖ ਲੈਂਦੇ ਆ ਨਾ, ਵਿੱਚ ਜਿਹੜੇ 2 ਨਾਲ ਡਿਵਾਈਡ ਹੋ ਜਾਂਦੇ ਨੇ। 2 4 6 8 10 12 14 16 18 20 22 ਤੇ 24। ਈਵਨ ਨੰਬਰਸ ਦੀ ਫਰੈਕਸ਼ਨ ਕਿੰਨੀ ਹੋ ਗਈ? ਈਵਨ ਨੰਬਰਸ ਕਿੰਨੇ ਨੇ? 1 2 3 4 5 6 7 8 9 10 11 12, ਇਹ ਆ ਗਿਆ 12/25। What fraction of them are prime numbers? 1 ਤੋਂ ਲੈ ਕੇ 25 ਤੱਕ ਦੂਜਾ ਪਾਰਟ, ਇਹ ਪਹਿਲਾ ਸੀ। ਪ੍ਰਾਈਮ ਨੰਬਰਸ ਕਿਹੜੇ ਕਿਹੜੇ ਹੁੰਦੇ ਨੇ ਜਿਹੜੇ ਫੈਕਟਰ 1 ਦੇ ਟੇਬਲ 'ਚ ਆਉਣ ਅਤੇ ਆਪਣੇ ਟੇਬਲ 'ਚ ਆਉਣ। ਇੱਕ ਪ੍ਰਾਈਮ ਨੰਬਰ ਨਹੀਂ ਹੈ, ਯਾਦ ਰੱਖਿਓ। ਪ੍ਰਾਈਮ ਨੰਬਰਸ ਹੈਗੇ ਨੇ 2 3 5 7 11 13 17 19 23। ਟੋਟਲ ਨੰਬਰ ਕਿੰਨੇ ਨੇ? ਇਹ 9, 9 ਬਟਾ 25। ਤੀਜਾ ਪਾਰਟ, ਵਾਟ ਫਰੈਕਸ਼ਨ ਆਫ ਦੈਮ ਆਰ ਮਲਟੀਪਲਸ ਆਫ 3? ਯਾਨੀ 3 ਦੇ ਟੇਬਲ ਵਿੱਚ ਜਿਹੜੇ ਆ, 3 ਦਾ ਟੇਬਲ ਲਿਖਣਾ ਹੈ, ਮਲਟੀਪਲਸ ਆਫ 3। 3 ਦੇ ਨਾਲ 3 ਗੁਣਾ 1 3, 3 2s ਆਰ 6, 3 3s ਆਰ 9, ਇੱਦਾਂ। 3 4s ਆਰ 12, 3 5s ਆਰ 15, 3 6s ਆਰ 18, 3 7s ਆਰ 21, 3 8s ਆਰ 24। 25 ਤੱਕ ਹੀ ਹੈਗੇ ਨੇ। 9s ਆਰ ਤਾਂ ਲਿਖ ਨਹੀਂ ਸਕਦੇ, ਕਿੰਨੇ ਹੋ ਗਏ? 1 2 3 4 5 6 7 8। ਫਰੈਕਸ਼ਨ ਬਣ ਜਾਏਗੀ 8/25। ਅੱਗੇ ਚੱਲਦੇ ਹਾਂ। ਇਨ ਕਲਾਸ 6th ਦੇਰ ਆਰ 24 ਬੋਇਜ਼, 18 ਕੁੜੀਆਂ ਨੇ, 24 ਮੁੰਡੇ 18 ਕੁੜੀਆਂ ਨੇ। ਵਾਟ ਫਰੈਕਸ਼ਨ ਆਫ ਟੋਟਲ ਸਟੂਡੈਂਟਸ ਰੀਪ੍ਰੈਜੈਂਟਸ ਬੋਇਜ਼ ਐਂਡ ਗਰਲਸ? ਬੋਇਜ਼ ਦੀ ਵੀ ਫਰੈਕਸ਼ਨ ਕੱਢਣੀ ਹੈ, ਗਰਲਸ ਦੀ ਵੀ, ਟੋਟਲ ਸਟਰੈਂਥ ਤੋਂ। ਪਹਿਲਾਂ ਦੇਖੋ, ਇੱਥੇ ਲਿਖਣਾ ਪਏਗਾ ਬੋਇਜ਼ ਕਿੰਨੇ ਨੇ? 24, ਗਰਲਸ ਕਿੰਨੀਆਂ ਨੇ? 18। ਟੋਟਲ ਸਟੂਡੈਂਟਸ ਕਿੰਨੇ ਹੋ ਗਏ? 24 ਪਲੱਸ 18, 42। ਪਹਿਲਾ ਪਾਰਟ, ਫਰੈਕਸ਼ਨ ਵਿੱਚ ਰੀਪ੍ਰੈਜੈਂਟਸ ਬੋਇਜ਼, ਜਿਹੜੀ ਮੁੰਡਿਆਂ ਨੂੰ ਰੀਪ੍ਰੈਜੈਂਟ ਕਰ ਰਹੀ ਹੈ, ਉਹ ਕਿੰਨੀ ਹੈ? 24 ਬਟਾ 42। ਇਹ ਦੋਨੋਂ ਜਿਹੜੇ ਹੈਗੇ ਨੇ, ਇਹ ਚਲੇ ਜਾਣਗੇ 6 ਦੇ ਟੇਬਲ ਦੇ ਵਿੱਚ। 6 4s ਆਰ 24, 6 7s ਆਰ 42, ਇਹ ਆ ਗਿਆ 4, ਇਹ ਆ ਗਿਆ 7, 4/7। ਅਗਲਾ, ਫਰੈਕਸ਼ਨ ਵਿੱਚ ਰੀਪ੍ਰੈਜੈਂਟਸ ਗਰਲਸ 18/42, ਇਹ ਵੀ 6 ਦੇ ਨਾਲ ਚਲਾ ਜਾਏਗਾ। 6 3s ਆਰ 18 ਐਂਡ 6 7s ਆਰ 42।
ਇਹ 3 ਆ ਗਿਆ, ਇਹ 7 ਆ ਗਿਆ, ਇੱਕੋ ਟੇਬਲ ਨਾਲ ਜਾਣੇ ਚਾਹੀਦੇ, ਇਹ ਆ ਗਿਆ ਸਾਡੇ ਕੋਲ ਆਨਸਰ। ਅਗਲਾ ਪਾਰਟ, ਅ ਬੈਗ ਕੰਟੇਨਸ, ਇੱਕ ਬੈਗ ਦੇ ਵਿੱਚ 6 ਲਾਲ ਗੇਂਦਾਂ ਨੇ, 7 ਨੀਲੀਆਂ ਨੇ। ਰੈੱਡ ਦੀ ਫ੍ਰੈਕਸ਼ਨ ਵੀ ਕੱਢਣੀ ਹੈ ਤੇ ਨੀਲੀਆਂ ਦੀ ਵੀ ਫ੍ਰੈਕਸ਼ਨ ਕੱਢਣੀ ਹੈ। ਇੱਥੇ ਲਿਖ ਦਿੰਦੇ ਆ, ਰੈੱਡ ਬਾਲਸ ਕਿੰਨੀਆਂ ਨੇ? 6। ਬਲੂ ਬਾਲਸ ਕਿੰਨੀਆਂ ਨੇ? 7। ਟੋਟਲ ਨੰਬਰ ਆਫ ਰੈੱਡ ਐਂਡ ਬਲੂ ਬਾਲਸ ਕਿੰਨੀਆਂ ਹੋ ਗਈ? 6 + 7 = 13। ਫ੍ਰੈਕਸ਼ਨ ਪੂਰਾ ਲਿਖਣਾ ਹੈ ਵਿੱਚ ਜੋ ਰੀਪ੍ਰੈਜੈਂਟ ਕਰਦੀ ਹੈ, ਰੀਪ੍ਰੈਜੈਂਟ ਰੈੱਡ ਬਾਲਸ ਨੂੰ ਰੀਪ੍ਰੈਜੈਂਟ ਕਰਦੀ ਹੈ 6 by 13। ਇਹਦਾ ਆਨਸਰ ਤੁਸੀਂ ਮੈਨੂੰ ਦੱਸਣਾ ਹੈ ਫ੍ਰੈਕਸ਼ਨ ਵਿੱਚ ਰੀਪ੍ਰੈਜੈਂਟਸ ਬਲੂ ਬਾਲਸ ਜਿਹਦੇ ਵਿੱਚ ਆਏਗੀ ਉਹ ਫ੍ਰੈਕਸ਼ਨ ਕੀ ਹੋਏਗੀ, ਇੱਥੇ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਤੁਸੀਂ ਦੱਸਣਾ। ਅੱਗੇ ਹੈਗਾ 10th ਕੁਐਸਚਨ, ਸਿਧਾਰਥ ਕੋਲ ਇੱਕ ਕੇਕ ਹੈਗਾ, ਉਹਨੇ 10 ਬਰਾਬਰ ਹਿੱਸੇ ਉਹਦੇ ਬਣਾ ਲਏ। 2 ਪਾਰਟਸ ਕਿਹਨੂੰ ਦੇਤੇ? ਨਮਨ ਨੂੰ। 3 ਪਾਰਟਸ ਦੇ ਦਿੱਤੇ ਉਹਨੂੰ ਨਿਧੀ ਨੂੰ, ਤੇ ਇੱਕ ਹਿੱਸਾ ਦੇ ਦਿੱਤਾ ਸੀਮਾ ਨੂੰ, ਤੇ ਬਾਕੀ ਦੇ 4 ਪਾਰਟਸ ਆਪਣੇ ਕੋਲ ਰੱਖ ਲਏ। ਨਮਨ ਨੂੰ ਕਿੰਨਾ ਹਿੱਸਾ ਦਿੱਤਾ ਫ੍ਰੈਕਸ਼ਨ ਦਾ? ਨਿਧੀ ਨੂੰ। ਤੇ ਆਪਣੇ ਕੋਲ ਕਿੰਨਾ ਰੱਖ ਲਿਆ? ਤੇ ਕਿਹਦੇ ਕੋਲ ਜ਼ਿਆਦਾ ਹਿੱਸਾ ਬਚਿਆ? ਦੇਖੋ ਜੇ 10 ਪਾਰਟਸ ਨੇ, 10 ਦੇ ਕਿੰਨੇ ਡਿਵੀਜ਼ਨ ਹੋਏ? 1, 2, 1, 3, 1, 1 ਤੇ 1, 4। ਵੱਡੇ ਵਾਲਾ ਹਿੱਸਾ ਕਿਹਦੇ ਕੋਲ ਗਿਆ? ਇਹ ਤਾਂ ਕਲੀਅਰ ਹੋ ਗਿਆ, ਸਿਧਾਰਥ ਕੋਲ, 4 ਸਲਾਈਸਿਸ ਗਏ। ਫ੍ਰੈਕਸ਼ਨ ਦੇ ਵਿੱਚ ਕਿਵੇਂ ਲਿਖਣਾ ਇਹਨੂੰ? ਪਹਿਲਾ ਪਾਰਟ ਜਿਵੇਂ ਆਨਸਰ ਕਰਾਂਗੇ, ਟੋਟਲ ਪਾਰਟਸ ਕਿੰਨੇ ਹੈਗੇ ਨੇ? 10। ਆਪਾਂ ਲਿਖਾਂਗੇ ਫ੍ਰੈਕਸ਼ਨ ਆਫ ਕੇਕ ਹੀ ਗੇਵ ਟੂ, ਪਹਿਲਾਂ ਪੁੱਛੇ ਨਮਨ, ਉਹ ਆ ਗਿਆ 2 by 10, ਕਟਿੰਗ ਹੋ ਜਾਏਗੀ 2 ਦੇ ਟੇਬਲ ਦੇ ਨਾਲ, ਇਹ ਆ ਜਾਏਗਾ 1 by 5। ਫਿਰ ਉਹਨਾਂ ਨੇ ਪੁੱਛਿਆ ਫ੍ਰੈਕਸ਼ਨ ਆਫ ਕੇਕ ਹੀ ਗੇਵ ਟੂ ਨਿਧੀ, ਉਹ ਕਿੰਨਾ ਆ ਗਿਆ? 3 by 10। ਫਿਰ ਫ੍ਰੈਕਸ਼ਨ ਆਫ ਕੇਕ ਹੀ ਕੈਪਟ ਫੋਰ ਹਿਮਸੈਲਫ, ਆਪਣੇ ਲਈ ਰੱਖਿਆ, ਉਹ ਕਿੰਨਾ ਹੈਗਾ? 4 by 10, ਇਹ 2 ਦੇ ਟੇਬਲ ਨਾਲ ਚਲਾ ਜਾਏਗਾ, 2 2s are 4, 2 5s are 10, 2 by 5। ਤੇ ਅਖੀਰ ਦੇ ਵਿੱਚ ਉਹਨਾਂ ਨੇ ਪੁੱਛਿਆ ਕਿਹਦੇ ਕੋਲ ਜ਼ਿਆਦਾ ਹਿੱਸਾ? ਆਪਾਂ ਲਿਖਾਂਗੇ ਸਿਧਾਰਥ ਹੈਸ ਮੋਰ ਕੇਕ ਦੈਨ ਅਦਰਸ, ਦੂਜਿਆਂ ਨਾਲੋਂ ਜ਼ਿਆਦਾ ਕੇਕ ਉਹਦੇ ਕੋਲ ਹੈਗਾ, ਕਿਉਂਕਿ ਤੁਸੀਂ ਦੇਖ ਲਓ ਇਹਦੇ ਕੋਲ 4 ਪਾਰਟਸ ਨੇ, ਬਾਕੀਆਂ ਕੋਲ 2, 3 ਤੇ 1 ਹੈ। ਇਨ ਅ ਬਾਕਸ, ਇੱਕ ਡੱਬੇ ਦੇ ਵਿੱਚ 12 ਐਪਲਸ, 7 ਔਰੇਂਜਸ ਤੇ 5 ਗੁਆਵਾ ਨੇ, ਵਾਟ ਫਰੈਕਸ਼ਨ ਆਫ ਫਰੂਟਸ ਇਨ ਦ ਬਾਕਸ ਰੀਪ੍ਰੈਜੈਂਟਸ ਈਚ? ਟੋਟਲ ਕੱਢ ਲਓ, ਹਰੇਕ ਦਾ ਫਰੈਕਸ਼ਨ ਕੱਢਣਾ ਹੈ। ਉਸ ਤੋਂ ਬਾਅਦ ਇਹਨੂੰ ਆਪਾਂ ਇੱਦਾਂ ਲਿਖ ਸਕਦੇ ਹਾਂ, ਐਪਲਸ 12, ਔਰੇਂਜਸ 7, ਗੁਆਵਾਸ 5। ਪਹਿਲਾਂ ਕੱਢਾਂਗੇ ਟੋਟਲ ਫਰੂਟਸ, 12 + 7 + 5, ਇਹ ਆ ਗਿਆ 24। ਫਰੈਕਸ਼ਨ ਵਿੱਚ ਰੀਪ੍ਰੈਜੈਂਟਸ ਐਪਲਸ, ਜੋ ਐਪਲਸ ਦਰਸਾਉਂਦੀ ਹੈ ਕਿੰਨੀ ਹੈ? 12 / 24, ਇਹ 12 1s are 12 ਹੁੰਦਾ, 12 2s are 24, 12 ਦੇ ਟੇਬਲ ਨਾਲ ਚਲਾ ਜਾਏਗਾ, 1 by 2 ਆ ਜਾਏਗਾ।
ਹੁਣ ਫਰੈਕਸ਼ਨ ਵਿੱਚ ਰੀਪ੍ਰੈਜ਼ੈਂਟਸ ਔਰੇਂਜਸ, ਔਰੇਂਜਸ ਕਿੰਨੇ ਸੀ ਉੱਤੇ ਦੇਖੋ, 7, ਇਹ ਆ ਗਿਆ 7/24, ਤੇ ਆਖਰੀ ਦੇ ਵਿੱਚ ਉਹਨਾਂ ਨੇ ਪੁੱਛਿਆ ਗੁਆਵਾ ਦੇ ਕਿੰਨੇ ਨੇ, ਉਹ ਆ ਜਾਏਗਾ ਫਰੈਕਸ਼ਨ, ਇਹ ਪੂਰਾ ਲਿਖਣਾ ਹੈ ਵਿੱਚ ਰੀਪ੍ਰੈਜ਼ੈਂਟਸ ਗੁਆਵਾ, ਉਹ ਹੋ ਗਿਆ 5/24। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ। ਦਿਸ਼ਮੀਤ ਹੈਜ਼ 20 ਪੈਨਸ, ਉਹਦੇ ਕੋਲ 20 ਪੈਨ ਨੇ। ਹੀ ਗਿਵਸ 1/4 ਟੂ ਬਲਕੀਰਤ, ਇੱਕ ਚੌਥਾਈ ਹਿੱਸਾ ਬਲਕੀਰਤ ਨੂੰ ਦੇ ਦਿੰਦਾ ਹੈ। ਹਾਊ ਮੈਨੀ ਪੈਨਸ ਦਿਸ਼ਮੀਤ ਐਂਡ ਬਲਕੀਰਤ ਹੈ, ਹੁਣ ਕਿੰਨੇ ਬਚ ਗਏ, ਦੋਨਾਂ ਕੋਲ ਕਿੰਨੇ ਨੇ, ਇਹ ਵੀ ਕੱਢਣਾ। ਟੋਟਲ ਪੈਨਸ ਕਿੰਨੇ ਨੇ, 20 ਪੈਨਸ ਵਿਦ ਬਲਕੀਰਤ, ਬਲਕੀਰਤ ਕੋਲ ਕਿੰਨੇ ਨੇ, ਉਹਨਾਂ ਨੇ ਕਿਹਾ ਹੈ 1/4 of 20, 1/4 ਮਲਟੀਪਲਾਈਡ ਬਾਈ 20, 20/4 ਆ ਗਿਆ 5, ਬਚੇ ਕਿੰਨੇ, ਪੈਨਸ ਵਿਦ ਦਿਸ਼ਮੀਤ, ਇੰਨੇ ਉਹਨੇ ਦੇ ਦਿੱਤੇ ਸੀ, ਟੋਟਲ 20 ਸੇ ਮਾਈਨਸ ਕਰ ਦੋਗੇ, 15 ਪੈਨਸ, ਆਂਸਰ ਪੈਨਸ ਦੇ ਵਿੱਚ ਦੇ। ਅੱਗੇ ਰੀਪ੍ਰੈਜੈਂਟ ਦ ਫੋਲੋਇੰਗ ਫਰੈਕਸ਼ਨਸ ਔਨ ਦ ਨੰਬਰ ਲਾਈਨ, ਨੰਬਰ ਲਾਈਨ ਤੇ ਦਰਸਾਉਣਾ ਹੈ, ਜਿਵੇਂ ਇਹ ਬਣਾ ਲਓ ਇੱਦਾਂ ਕਰਕੇ ਨੰਬਰ ਲਾਈਨ, 0, ਇਹ ਆ ਗਿਆ 1, ਸਭ ਤੋਂ ਪਹਿਲਾਂ ਹੈਗਾ 2/5, ਇਹਨੂੰ ਪਹਿਲਾਂ ਕਿਵੇਂ ਲਿਖਾਂਗੇ, 0/5, 1/5, 2/5, 3/5, 4/5, 5/5, 5/5 1 ਹੁੰਦਾ ਹੈ, ਇਹ 0/5 ਕੋਈ ਨੰਬਰ 0, 0 ਤੇ 1 ਦੇ ਵਿੱਚ, ਇਹ ਆ ਗਿਆ 1/5, 2/5 ਨੂੰ ਉੱਤੇ ਲਿਖ ਦਿਓ ਤਾਂ ਕਿ ਕਲੀਅਰ ਹੋ ਜਾਏ, 3/5, 4/5, ਬਰਾਬਰ ਡਿਸਟੈਂਸ ਤੇ ਹੋਣਾ ਚਾਹੀਦਾ, 1 ਫਿਰ ਇੱਧਰ ਲਿਖ ਲਿਓ, ਇੰਨੀ ਦੂਰ ਨਹੀਂ, ਕਿਉਂਕਿ ਸਾਰਿਆਂ ਦਾ ਗੈਪ ਬਰਾਬਰ ਹੋਣਾ ਚਾਹੀਦਾ। ਉਵੇਂ ਹੀ ਨੈਕਸਟ ਹੈਗਾ 5/7, ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, 0/7 ਜੋ 0 ਹੋ ਗਿਆ, 1/7, 2/7, 3/7, 4/7, 5/7, 6/7, 7/7 ਕੀ ਹੁੰਦਾ, 1, ਕਿੰਨੇ ਹਿੱਸੇ ਕਰਦੇ ਨੇ, 1/7, 2/7, 3/7, 4/7, 5/7, ਇਹਨੂੰ ਉੱਤੇ ਵੀ ਲਿਖ ਸਕਦੇ ਹੋ, 6/7, ਤੇ ਫਿਰ ਆ ਗਿਆ ਤੁਹਾਡੇ ਕੋਲ 1, ਇਹ ਰੀਪ੍ਰੈਜੈਂਟ ਕਰਦਾ। ਅਗਲਾ 3/10, 5/10 ਤੇ 1/10 ਨੂੰ ਰੀਪ੍ਰੈਜੈਂਟ ਕਰਨਾ, ਇਹ ਨੰਬਰ ਲਾਈਨ ਇੱਥੇ 0, ਇੱਥੇ 1, ਕਿਹਨੂੰ ਕਿਹਨੂੰ, 3/10, 5/10 ਤੇ 1/10 ਨੂੰ, ਚਲੋ 0 ਤੋਂ ਸ਼ੁਰੂ ਕਰਦੇ ਹਾਂ, 0/10, 0 ਹੋ ਗਿਆ, 1/10 ਇੱਥੇ ਲਿਖ ਦਈਏ, 2/10, ਇਹ ਆ ਗਿਆ 3/10, 4/10, ਇਹ ਆ ਗਿਆ 5/10, 6/10, 7/10, 8/10, 9/10, ਤੇ ਇੱਥੇ ਆ ਜਾਏਗਾ 10/10, ਜਾਂ ਤੁਸੀਂ ਲਿਖ ਸਕਦੇ ਹੋ ਇੱਥੇ ਆ ਗਿਆ 1, ਇਹ 1 ਹੀ ਹੈ ਬਰਾਬਰ ਡਿਸਟੈਂਸ ਤੇ, 1/10। ਉਵੇਂ ਹੀ 4th ਪਾਰਟ ਦੇ ਵਿੱਚ ਕਿਹਾ ਗਿਆ ਇਹ ਨੰਬਰ ਲਾਈਨ, 3/8, 5/8 ਤੇ 7/8, ਇਹ ਹੋ ਗਿਆ 0/8, ਯਾਨੀ 0, 1/8,
2 by 8, 3 by 8 ਉੱਤੇ ਲਿਖਦਾ, 4 by 8, 5 by 8 ਇੱਥੇ ਆ ਗਿਆ, 6 by 8, 7 by 8 ਉੱਤੇ ਲਿਖਦਾ, ਇਹ ਆ ਗਿਆ 8 by 8 ਜਿਹਨੂੰ ਆਪਾਂ ਕਹਿ ਸਕਦੇ ਹਾਂ 1। ਬਰਾਬਰ ਦਾ ਡਿਸਟੈਂਸ ਹੋਣਾ ਬਹੁਤ ਜ਼ਰੂਰੀ ਹੈ। ਅਗਲਾ ਕੁਐਸਚਨ ਫਾਈਂਡ ਕਰਨਾ, 3/5 ਆਫ 20 ਬੁੱਕਸ, 3/5 ਮਲਟੀਪਲਾਈਡ ਬਾਈ 20। ਦੇਖੋ ਇੱਦਾਂ ਸਾਈਡ ਤੇ ਵੀ ਕਟਿੰਗ ਹੋ ਜਾਂਦੀ ਹੈ, 5 ones are 5, 5 fours are 20, 3 fours are 12 books, answer. Dujja, 5/8 of 32 pens, cutting ho jayegi, 8 ones are 8, 8 fours are 32, 5 fours are 20 pens. 1/6 multiplied by 36, ਇੱਦਾਂ ਹੀ ਆਏਗਾ, 1/6 ਮਲਟੀਪਲਾਈਡ ਬਾਈ 36, 6 ones are 6, 6 6 are 36, ਇਹ ਆ ਗਿਆ 6 ਕਾਪੀਸ। 4th, 4 by 7 of 21, 4 by 7 multiplied by 21, cutting ho gi, 7 ones are 7, 7 threes are 21, 4 threes are 12 apples. 5th part, 3/4 of 28, 3 by 4 multiplied by 28, cutting karunge, 4 ones are 4, 4 sevens are 28, 3 nu 7 nal multiply kita, 21 pencils. Agla question, Balkirat had a box of 36 erasers, ode kol enniya rabna si, 1 by 2 jada hissa si rani nu deta, 2 by 9 yuvraj nu, baki apne kol rakh liya. How many erasers, ਕਿੰਨਾ ਨੰਬਰ ਰਾਣੀ ਕੋਲ ਹੈਗਾ, ਯੁਵਰਾਜ ਕੋਲ ਤੇ ਹਰਨੇਕ ਕੋਲ ਕਿੰਨਾ ਹੈਗਾ, ਇਹ ਆਪਾਂ ਕੱਢ ਲੈਂਦੇ ਹਾਂ। ਹੁਣ ਹਰਨੇਕ ਜਿਹੜਾ ਹੈਗਾ ਉਹ ਜਿੰਨਾ ਉਹਨਾਂ ਨੇ ਬਾਕੀਆਂ ਨੂੰ ਦਿੱਤਾ ਉਹਦੇ ਵਿੱਚੋਂ ਮਾਈਨਸ ਹੋਏਗਾ। ਇੱਥੇ ਨਾਮ ਗਲਤ ਦਿੱਤਾ ਹੋਇਆ, ਇੱਥੇ ਜਾਂ ਤਾਂ ਇੱਧਰ ਵੀ ਹਰਕੀਰਤ ਹਰਨੇਕ ਕਰ ਦਿਓ, ਜਾਂ ਇੱਥੇ ਬਲਕੀਰਤ ਹੈ ਤਾਂ ਇੱਥੇ ਵੀ ਨਾਮ ਬਲਕੀਰਤ ਹੀ ਆਏਗਾ। ਇਹਨੂੰ ਸੋਲਵ ਕਰਦੇ ਹਾਂ, ਟੋਟਲ erasers ਕਿੰਨੀਆਂ ਨੇ, 36 erasers ਰਾਣੀ gets, ਰਾਣੀ ਕੋਲ ਕਿੰਨੀਆਂ ਨੇ, 1 by 2 of 36, ਇਹ ਆ ਗਿਆ 1 by 2 multiplied by 36, 2 ਦੇ ਨਾਲ ਕਟਿੰਗ ਹੋ ਜਾਏਗੀ 18। ਦੂਜਾ, erasers ਯੁਵਰਾਜ gets, ਯੁਵਰਾਜ ਕੋਲ ਕਿੰਨੀਆਂ ਨੇ, 2 by 9, 2 by 9 of 36, 2 by 9 multiplied by 36, 9 ones are 9, 9 fours are 36, 8. Erasers, ਹਰਨੀਕ gets, ਟੋਟਲ ਕਿੰਨੀਆਂ ਨੇ, 36, ਉਹਦੇ ਵਿੱਚੋਂ ਮਾਈਨਸ ਕਰ ਦਿਓ ਇਹਨਾਂ ਦੋਨਾਂ ਨੂੰ ਐਡ ਕਰਕੇ, 36 minus 18 ਦੇ ਵਿੱਚ 8 ਐਡ ਕੀਤੇ 26, ਇਹ ਆ ਗਈ 10। ਨੈਕਸਟ ਕੁਐਸਚਨ ਟਰਾਈ ਕਰਕੇ ਦੇਖਦੇ ਹਾਂ, ਟਰੂ ਔਰ ਫਾਲਸ, ਇਹ ਦੱਸਣਾ ਵੀ ਠੀਕ ਲਿਖਿਆ ਜਾਂ ਗਲਤ। ਟੋਟਲ ਦੋ ਹਿੱਸੇ ਨੇ, ਇੱਕ ਸ਼ੇਡਿਡ ਹੈ, ਟਰੂ। ਟੋਟਲ ਚਾਰ ਹਿੱਸੇ ਨੇ, ਤਿੰਨ ਸ਼ੇਡਿਡ ਹੈ, ਟਰੂ। ਤਿੰਨ ਹਿੱਸੇ ਦੋ ਸ਼ੇਡਿਡ, ਟਰੂ। ਚਾਰ ਹਿੱਸੇ ਇੱਕ ਸ਼ੇਡਿਡ, ਟਰੂ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਐਕਸਰਸਾਈਜ਼ ਚੰਗੇ ਤਰੀਕੇ ਨਾਲ ਸਮਝ ਆ ਗਈ, ਫਰੈਕਸ਼ਨਸ ਬਾਰੇ ਆਈਡੀਆ ਹੋ ਗਿਆ ਹੋਏਗਾ, ਕਿਵੇਂ ਕੁਐਸਚਨ ਸੋਲਵ ਕਰੀਦੇ ਨੇ।
ਜੇ ਸਮਝ ਆ ਗਿਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਜ਼ਰੂਰ ਦੱਸਿਓ। ਆਪਾਂ ਹੁਣ ਅਗਲੀ ਕਲਾਸ ਵਿੱਚ ਮਿਲਾਂਗੇ। ਟਿਲ ਦੈਨ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਟੇਕ ਕੇਅਰ, ਬਾਏ ਬਾਏ।